ਸੈਕਸ਼ੂਅਲ ਹਰਾਸਮੈਂਟ ਕਿੰਨੀ ਹੁੰਦੀ ਹੈ ਇਨ ਵਾਰਡਸ ਐਂਡ ਪ੍ਰਿਜ਼ਨ 'ਚ, ਅਤੇ ਉਹਦੀ ਮੈਂ ਟੈਸਟਮਨੀ ਵਨ ਆਫ ਦ ਟਰਾਂਸਜੈਂਡਰ ਦੀ ਲੋਕਅਪ 'ਚ ਅਤੇ ਪ੍ਰਿਜ਼ਨ 'ਚ ਜੋ ਸੈਕਸ਼ੂਅਲ ਹਰਾਸਮੈਂਟ ਸੀ ਉਹ ਮੈਂ ਟੈਸਟਮਨੀ ਵੀ ਦਿਖਾਈ ਸੀ, ਜੱਜ ਸਾਹਿਬ ਨੂੰ ਪੇਸ਼ ਕੀਤੀ ਸੀਗੀ। ਜਦੋਂ ਪ੍ਰਿਜ਼ਨ 'ਚ ਕੋਈ ਪ੍ਰਿਜ਼ਨ ਐਂਡ ਈਵਨ ਲੋਕਅਪ 'ਚ ਸੈਕਸ਼ੂਅਲ ਹਰਾਸਮੈਂਟ ਹੁੰਦੀ, ਕਦੇ ਰਿਪੋਰਟ ਹੀ ਨਹੀਂ ਹੁੰਦੀ, ਉਹ ਰਿਪੋਰਟ ਕਰਨਗੇ ਕਿੱਥੇ? ਪੁਲਿਸ ਕੋਲ, ਜੇ ਪੁਲਿਸ ਲੋਕਅਪ 'ਚ ਜੇ ਹਰਾਸਮੈਂਟ ਹੋਊ ਕਿੱਥੇ ਰਿਪੋਰਟ ਕਰਨਗੇ? ਪੁਲਿਸ ਦੇ ਅਗੇਂਸਟ ਥੋੜ੍ਹਾ ਐਫ ਆਈ ਆਰ ਹੋਊਗਾ ਉੱਥੇ, ਤਾਂ ਕਰਕੇ ਉਹ ਕਦੇ ਮੁੱਦੇ ਸਾਹਮਣੇ ਹੀ ਨਹੀਂ ਆ ਪਾਉਂਦੇ, ਕੇਸਿਸ ਸਾਹਮਣੇ ਹੀ ਨਹੀਂ ਆ ਪਾਉਂਦੇ ਉਹ ਸੈਕਸ਼ੂਅਲ ਹਰਾਸਮੈਂਟ ਦੇ। ਬਹੁਤ ਜ਼ਿਆਦਾ ਹੁੰਦਾ ਸੈਕਸ਼ੂਅਲ ਹਰਾਸਮੈਂਟ ਟਰਾਂਸਜੈਂਡਰ ਨੂੰ ਜਦੋਂ ਮੇਲ ਪ੍ਰਿਜ਼ਨ 'ਚ ਰੱਖ ਲਉਂਗੇ ਤੁਸੀਂ, ਪ੍ਰਿਜ਼ਨ ਇਟਸੈਲਫ ਇਜ਼ ਅ ਕਲੋਜ਼ ਇੰਸਟੀਟਿਊਸ਼ਨ, ਤਾਂ ਉੱਥੇ 100 ਤਰ੍ਹਾਂ ਦੀ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਮੈਮ, ਨੋਟ ਈਵਨ ਟਰਾਂਸਜੈਂਡਰ ਨਾਲ, ਸਾਰੇ ਹੋਰ ਵੀ ਈਵਨ ਮੇਲ ਪ੍ਰਿਜ਼ਨਰ ਨਾਲ। ਪੁਲਿਸ ਸਟੇਸ਼ਨ 'ਚ ਵੀ ਅਲਾਉਡ ਵਾਰਡ ਅਤੇ ਵਾਸ਼ਰੂਮ, ਅਤੇ ਮੈਂ ਇੱਕ ਹੋਰ ਮੰਗ ਕੀਤੀ ਹੈ ਕਿ ਈਵਨ ਇਹ ਐਕਟ 'ਚ ਹੈਗਾ ਉਹਨਾਂ ਦੇ ਟਰਾਂਸਜੈਂਡਰ ਐਕਟ 'ਚ ਅਤੇ ਰੂਲਸ 'ਚ ਵੀ, ਕਿ ਹਰੇਕ ਡਿਸਟ੍ਰਿਕਟਸ 'ਚ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਅੰਡਰ ਡੀ ਜੀ ਪੀ, ਅਤੇ ਉਹਦੀ ਜੇ ਕੋਈ ਉਹਨਾਂ ਨਾਲ ਹਰਾਸਮੈਂਟ ਹੁੰਦੀ ਹੈ ਜਾਂ ਕੋਈ ਵੀ ਉਹਨਾਂ ਨਾਲ ਹੋਰ ਤਰੀਕੇ ਦਾ ਭੇਦਭਾਵ ਹੁੰਦਾ ਤਾਂ ਉੱਥੇ ਜਾ ਕੇ ਦੇ ਕੇ ਰਿਪੋਰਟ। ਜਿੱਥੇ ਬਾਕੀ ਅਸੀਂ ਹਰਾਸਮੈਂਟ ਦੇ ਮਾਮਲੇ ਦੇਖਦੇ ਹਾਂ, ਉੱਥੇ ਹੀ ਜੇਲ੍ਹਾਂ ਦੇ ਵਿੱਚ ਵੀ ਇਹ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਇਹ ਮਾਮਲੇ ਤੋਂ ਬਾਅਦ ਟਰਾਂਸਜੈਂਡਰਾਂ ਦੇ ਲਈ ਸੈਪਰੇਟ ਵਾਸ਼ਰੂਮਸ ਅਤੇ ਉਸਦੇ ਨਾਲ ਸੈਪਰੇਟ ਵਾਰਡ ਦੀ ਜਿਹੜਾ ਮੰਗ ਰੱਖੀ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਐਡਵੋਕੇਟ ਸਰ ਨਾਲ ਮੌਜੂਦ ਆ, ਗੱਲਬਾਤ ਕਰਾਂਗੇ। ਸਰ, ਕੀ ਕੁਛ ਇਸ ਦੇ ਵਿੱਚ ਤੁਸੀਂ ਰੱਖਿਆ ਹੈ ਅਤੇ ਕੀ ਪੂਰੀ ਪਟੀਸ਼ਨ ਹੈ ਅਤੇ ਹੁਣ ਤੱਕ ਕਿੱਥੋਂ ਤੱਕ ਮਾਮਲਾ ਪਹੁੰਚਿਆ? ਮੈਡਮ, ਇਹ ਮੈਂ ਪਟੀਸ਼ਨ ਪਾਈ ਸੀ 2023 ਦਸੰਬਰ 'ਚ ਪਾਈ ਸੀਗੀ ਰਿਗਾਰਡਿੰਗ ਟਰਾਂਸਜੈਂਡਰ ਦੇ ਸੈਪਰੇਟ ਸੈੱਲ ਇਨ ਪ੍ਰਿਜ਼ਨਸ ਐਂਡ ਈਵਨ ਇਨ ਪੁਲਿਸ ਸਟੇਸ਼ਨਸ, ਅਤੇ ਵਾਸ਼ਰੂਮ ਵੀ ਉਹਨਾਂ ਦੇ। ਇਹ ਮੈਮ 2014 'ਚ ਨਾਲ ਸਰ ਜੱਜਮੈਂਟ ਆਈ ਸੀ, ਅਤੇ ਉਹਦੇ ਵਿੱਚ ਲੈਂਡਮਾਰਕ ਜੱਜਮੈਂਟ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਟਰਾਂਸਜੈਂਡਰ ਨੂੰ ਪਹਿਲੀ ਵਾਰ ਤੋਂ ਇੱਕ ਸੈਪਰੇਟ ਆਇਡੈਂਟੀ ਐਜ਼ ਅ ਕੰਸਿਡਰ ਕੀਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀਗਾ। ਉਸ ਤੋਂ ਬਾਅਦ 2019 'ਚ ਟਰਾਂਸਜੈਂਡਰ ਪ੍ਰੋਟੈਕਸ਼ਨ ਐਕਟ ਆ ਗਿਆ, ਉੱਥੇ ਵੀ ਉਹਨਾਂ ਨੇ ਕਿਹਾ ਮਤਲਬ ਰੈਕਗਨੀਸ਼ਨ ਅਲੱਗ ਤੋਂ ਕਰੋ ਅਤੇ ਸੈਪਰੇਟ ਜੈਂਡਰ ਹੈ। ਉਸ ਤੋਂ ਬਾਅਦ ਰੂਲਸ ਬਣ ਗਏ ਇਹਦੇ, ਅਤੇ ਮੈਮ ਸੈਂਟਰ ਗਵਰਨਮੈਂਟ ਹੁਣ ਐਡਵਾਈਜ਼ਰੀਜ਼ ਇਸ਼ੂ ਕਰ ਰਹੀ ਹੈ ਪੰਜਾਬ ਸਰਕਾਰ ਨੂੰ, ਕਿ ਪੰਜਾਬ ਸਰਕਾਰ ਨੇ ਈਵਨ ਆਲ ਦ ਸਟੇਟਸ, ਕਿ ਯੂ ਹੈਵ ਟੂ ਮੇਕ ਸੈਪਰੇਟ ਟੋਇਲੇਟਸ ਐਂਡ ਵਾਰਡਸ ਸੈੱਲ ਇਨ ਪ੍ਰਿਜ਼ਨ ਐਂਡ ਇਨ ਪੁਲਿਸ ਸਟੇਸ਼ਨ, ਬਟ ਹਾਲੇ ਤੱਕ ਕੋਈ ਕੀਤਾ ਨਹੀਂ ਸੀ। ਉਹਦੇ ਰਿਗਾਰਡਿੰਗ ਮੈਂ ਡਾਇਰੈਕਸ਼ਨ ਪਾਈ ਸੀ ਪਟੀਸ਼ਨ ਇੱਥੇ, ਕਿ ਸੈਪਰੇਟ ਵਾਰਡਸ ਬਣਾਇਆ ਜਾਵੇ ਪੰਜਾਬ 'ਚ। ਮੈਂ ਪਹਿਲਾਂ ਸਿਰਫ ਪੰਜਾਬ ਲਈ ਪਾਈ ਸੀ, ਬਟ ਹਾਈ ਕੋਰਟ ਜਿੱਦਣ ਡੇਟ ਸੀਗੀ ਜਸਟਿਸ ਸੰਧਾ ਵਾਲੀ ਸੀ ਜਦੋਂ ਨੋਟਿਸ ਆਫ ਮੋਸ਼ਨ ਹੋਇਆ ਸੀਗਾ, ਉਦੋਂ ਜੱਜ ਸਾਹਿਬ ਨੇ ਹਰਿਆਣਾ ਐਂਡ ਯੂਟੀ ਨੂੰ ਵੀ ਪਾਰਟੀ ਬਣਾਇਆ ਸੀ। ਉਦੋਂ ਮੈਂ ਰਿਕੁਐਸਟ ਕੀਤੀ ਸੀਗੀ ਕਿ ਸਿਚੁਏਸ਼ਨ ਇਜ਼ ਸੇਮ ਇਨ ਦ ਹਰਿਆਣਾ ਐਂਡ ਯੂਟੀ ਆਲਸੋ, ਅਤੇ ਹੁਣ ਰਿਪਲਾਈ ਤਿੰਨਾਂ ਦਾ ਆਉਣਾ, ਪੰਜਾਬ, ਹਰਿਆਣਾ ਐਂਡ ਯੂਟੀ। ਪੰਜਾਬ ਨੇ ਰਿਗਾਰਡਿੰਗ ਪ੍ਰਿਜ਼ਨਸ ਰਿਪਲਾਈ ਫਾਈਲ ਕੀਤਾ, ਪ੍ਰਿਜ਼ਨ 'ਚੋਂ ਕਹਿੰਦੇ ਕਿ ਵੀ ਹੈਵ ਸਟਾਰਟਡ ਬਿਲਡਿੰਗ, ਮੇਰੀ ਪਟੀਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਬਣਾਉਣਾ ਸ਼ੁਰੂ ਕਰਤਾ ਹੈ। ਤਿੰਨ ਪ੍ਰਿਜ਼ਨ 'ਚ ਉਹਨਾਂ ਨੇ ਬਣਾਤਾ ਹਲੇ, ਨਾਭਾ, ਲੁਧਿਆਣਾ, ਆਈ ਥਿੰਕ ਇੱਕ ਹੋਰ ਹੈ ਕੋਈ। ਅਤੇ ਰਿਗਾਰਡਿੰਗ ਪੁਲਿਸ ਸਟੇਸ਼ਨ, ਵਿਚ ਇਜ਼ ਵੈਰੀ ਆਲਸੋ ਇੰਪੋਰਟੈਂਟ, ਉਹਨਾਂ ਦਾ ਰਿਪਲਾਈ ਆਇਆ ਸਟੇਟ ਦਾ ਕਿ ਸਾਡੇ ਕੋਲ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗੀ ਸੈਪਰੇਟ ਤੋਂ, ਨਾ ਹੀ ਟੋਇਲੇਟਸ ਆ ਉੱਥੇ ਟਰਾਂਸਜੈਂਡਰ ਲਈ, ਅਤੇ ਨਾ ਹੀ ਆਪਣਾ ਕੋਈ ਵਾਰਡ ਹੈਗੇ ਅਲੱਗ ਤੋਂ ਰੱਖਣ ਲਈ। ਤਾਂ ਨਾਲ ਹੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇੱਕ ਰਿਪੋਰਟ ਦੇਖੀ ਸੀ ਕਿ ਟਰਾਂਸਜੈਂਡਰਾਂ ਨੂੰ ਜੇਲ੍ਹ ਦੇ ਵਿੱਚ ਹਰਾਸ ਕੀਤਾ ਜਾਂਦਾ ਸੈਕਸ਼ੁਅਲੀ, ਤਾਂ ਇਹਨਾਂ ਚੀਜ਼ਾਂ ਨੂੰ ਵੀ ਰੱਖਿਆ ਗਿਆ ਸੀ? ਹਾਂਜੀ, ਮੈਂ ਆਪਣੀ ਪਟੀਸ਼ਨ 'ਚ ਸਪੈਸੀਫਿਕਲੀ PUCL ਔਰਗਨਾਈਜੇਸ਼ਨ ਹੈ ਜੀ, ਉਹਦੀ ਰਿਪੋਰਟ ਦੀ ਮੈਂ ਵੇਰਵਾ ਦਿੱਤਾ ਸੀਗਾ ਰਿਗਾਰਡਿੰਗ ਦੈਟ ਕਿ ਸੈਕਸ਼ੁਅਲ ਹਰਾਸਮੈਂਟ ਕਿੰਨੀ ਹੁੰਦੀ ਹੈ ਇਨ ਵਾਰਡਸ ਐਂਡ ਪ੍ਰਿਜ਼ਨ 'ਚ, ਅਤੇ ਉਹਦੀ ਮੈਂ ਟੈਸਟਮਨੀਜ਼ ਵਨ ਆਫ ਦ ਟਰਾਂਸਜੈਂਡਰ ਦੀ ਲੋਕਅਪ 'ਚ ਅਤੇ ਪ੍ਰਿਜ਼ਨ 'ਚ ਜੋ ਸੈਕਸ਼ੁਅਲ ਹਰਾਸਮੈਂਟ ਸੀ ਉਹ ਮੈਂ ਟੈਸਟਮਨੀ ਵੀ ਦਿਖਾਈ ਸੀ ਜੱਜ ਸਾਹਿਬ ਨੂੰ ਪੇਸ਼ ਕੀਤੀ ਸੀਗੀ। ਉਸ ਤੋਂ ਬਾਅਦ ਹੀ ਉਹਨਾਂ ਨੇ ਨੋਟਿਸ ਆਫ ਮੋਸ਼ਨ ਇਸ਼ੂ ਕੀਤਾ ਸੀਗਾ, ਅਤੇ PUCL ਦੀ ਮੈਡਮ ਰਿਪੋਰਟ ਹੈ ਉਹ। ਹੁਣ ਤੱਕ ਉਸ ਰਿਪੋਰਟ ਦੇ ਵਿੱਚ ਦੇਖਿਆ ਜਾਵੇ ਤਾਂ ਕਿੰਨੇ ਕੁ ਅਜਿਹੇ ਹੈਗੇ ਨੇ ਟਰਾਂਸਜੈਂਡਰ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਿਰ ਵੀ ਉਹਨਾਂ ਦਾ ਕੋਈ ਸਲਿਊਸ਼ਨ ਨਹੀਂ ਹੋਇਆ? ਮੈਮ, ਜਿਹੜੀ ਉਹ ਰਿਪੋਰਟ ਸੀ ਉਹ ਟੈਸਟੀਮਨੀ ਸੀ। ਪ੍ਰੋਬਲਮ ਇਹ ਹੈ ਕਿ ਇੱਥੇ ਜਦੋਂ ਪ੍ਰਿਜ਼ਨ 'ਚ ਕੋਈ ਪ੍ਰਿਜ਼ਨ ਐਂਡ ਈਵਨ ਲੋਕਅਪ 'ਚ ਸੈਕਸ਼ੁਅਲ ਹਰਾਸਮੈਂਟ ਹੁੰਦੀ ਹੈ, ਕਦੇ ਰਿਪੋਰਟ ਹੀ ਨਹੀਂ ਹੁੰਦੀ।
ਉਹ ਰਿਪੋਰਟ ਕਰਨਗੇ ਕਿੱਥੇ? ਪੁਲਿਸ ਕੋਲ ਜੇ ਪੁਲਿਸ ਲੋਕਅਪ 'ਚ ਜੇ ਹਰਾਸਮੈਂਟ ਹੋਊਗੀ ਕਿੱਥੇ ਰਿਪੋਰਟ ਕਰਨਗੇ? ਪੁਲਿਸ ਦੇ ਅਗੇਂਸਟ ਥੋੜ੍ਹਾ ਐਫ ਆਈ ਆਰ ਹੋਊਗਾ ਉੱਥੇ, ਤਾਂ ਕਰਕੇ ਉਹ ਕਦੇ ਮੁੱਦੇ ਸਾਹਮਣੇ ਹੀ ਨਹੀਂ ਆ ਪਾਉਂਦੇ, ਕੇਸਿਸ ਸਾਹਮਣੇ ਹੀ ਨਹੀਂ ਆ ਪਾਉਂਦੇ ਉਹ ਸੈਕਸ਼ੁਅਲ ਹਰਾਸਮੈਂਟ ਦੇ। ਬਹੁਤ ਜ਼ਿਆਦਾ ਹੁੰਦਾ ਸੈਕਸ਼ੁਅਲ ਹਰਾਸਮੈਂਟ ਜਦੋਂ ਮੈਮ ਤੁਸੀਂ ਯੂ ਕੈਨ ਇਮੈਜਿਨ ਕਿ ਇੱਕ ਟਰਾਂਸਜੈਂਡਰ ਨੂੰ ਜਦੋਂ ਮੇਲ ਪ੍ਰਿਜ਼ਨ 'ਚ ਰੱਖ ਦੂੰਗੇ ਤੁਸੀਂ, ਪ੍ਰਿਜ਼ਨ ਇਟਸੈਲਫ ਇਜ਼ ਅ ਕਲੋਜ਼ ਇੰਸਟੀਟਿਊਸ਼ਨ, ਤਾਂ ਉੱਥੇ 100 ਤਰ੍ਹਾਂ ਦੀ ਸੈਕਸ਼ੁਅਲ ਹਰਾਸਮੈਂਟ ਹੁੰਦੀ ਹੈ ਮੈਮ, ਨੋਟ ਈਵਨ ਟਰਾਂਸਜੈਂਡਰ ਨਾਲ, ਸਾਰੇ ਹੋਰ ਵੀ, ਈਵਨ ਮੇਲ ਪ੍ਰਿਜ਼ਨਰ ਨਾਲ ਵੀ ਹੁੰਦੀ ਹੈ। ਹੁਣ ਇਸ ਪਟੀਸ਼ਨ ਦੇ ਉੱਤੇ ਅਗਲੀ ਸੁਣਵਾਈ ਕਦੋਂ ਹੋਵੇਗੀ ਅਤੇ ਹੁਣ ਤੱਕ ਮਾਮਲਾ ਕਿੱਥੋਂ ਤੱਕ ਪਹੁੰਚਿਆ? ਅਗਲੀ ਸੁਣਵਾਈ ਮੈਮ ਸੈਪਟੈਂਬਰ ਜਾਂ 27 ਸੈਪਟੈਂਬਰ ਨੂੰ ਮੈਮ। ਹੁਣ ਹਰਿਆਣਾ ਦਾ ਅਤੇ ਯੂਟੀ ਦਾ ਰਿਪਲਾਈ ਪੈਂਡਿੰਗ ਪਿਆ, ਈਵਨ ਯੂਨੀਅਨ ਆਫ ਇੰਡੀਆ ਦਾ ਵੀ ਰਿਪਲਾਈ ਪੈਂਡਿੰਗ ਪਿਆ। ਪੰਜਾਬ ਦੇ ਆਏ ਆ ਰਿਪਲਾਈ, ਜਿਹੜੇ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰਿਜ਼ਨ 'ਚ ਉਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਆਫਟਰ ਮਾਈ ਪਟੀਸ਼ਨ, ਅਤੇ ਪੁਲਿਸ ਸਟੇਸ਼ਨ 'ਚ ਉਹਨਾਂ ਨੇ ਸਟੇਟਸ ਰਿਪੋਰਟ ਦਿੱਤੀ ਹੈ ਕਿ ਸਾਡੇ ਕੋਲ ਕੋਈ ਵੀ ਨਹੀਂ ਵਾਰਡ ਹੈਗਾ ਅਤੇ ਨਾ ਹੀ ਵਾਸ਼ਰੂਮਸ ਹੈਗੇ ਟਰਾਂਸਜੈਂਡਰਸ ਲਈ। ਤੁਸੀਂ ਜਗ੍ਹਾ ਨੂੰ ਕਵਰ ਕੀਤਾ ਇਹਦੇ ਵਿੱਚ, ਕਿਹੜੀ ਕਿਹੜੀ ਸਟੇਟ ਨੂੰ ਕਵਰ ਕੀਤਾ? ਮੈਮ ਇਨੀਸ਼ੀਅਲੀ ਪਹਿਲਾਂ ਪਟੀਸ਼ਨ ਪਾਈ ਸੀਗੀ ਸਿਰਫ ਪੰਜਾਬ ਨੂੰ ਲੈ ਕੇ, ਅਤੇ ਫਿਰ ਮੈਂ ਜਿਵੇਂ ਕਿ ਦੱਸਿਆ ਕੋਰਟ ਵਿੱਚ ਜੱਜ ਸਾਹਿਬ ਨੇ ਯੂਟੀ ਐਂਡ ਆਪਣਾ ਹਰਿਆਣੇ ਨੂੰ ਵੀ ਪਾਰਟੀ ਬਣਾਤਾ ਸੀ, ਬਿਕੋਜ਼ ਜਿਸ ਕੋਰਟ ਦੀ ਇਹਦੀ ਜਿੱਥੇ ਤੱਕ ਜੁਰਿਸਡਿਕਸ਼ਨ ਹੈ, ਤਾਂ ਕਰਕੇ ਹੁਣ ਪੰਜਾਬ ਹਰਿਆਣਾ ਅਤੇ ਯੂਟੀ ਦੀ ਹਾਈਕੋਰਟ ਆਪਣੀ, ਅਤੇ ਇੱਥੇ ਮੈਂ ਪਟੀਸ਼ਨ ਪਾਰਟੀ। ਹੁਣ ਤੱਕ ਤੁਸੀਂ ਇਸ ਦੇ ਵਿੱਚ ਪੂਰੀ ਮੰਗ ਕੀ ਕਰਦੇ ਹੋ ਕਿ ਸਭ ਨੂੰ ਅਲੱਗ ਅਲੱਗ ਵਾਰਡ ਦਿੱਤੇ ਜਾਣ? ਹਾਂਜੀ ਮੈਮ, ਸਭ ਟਰਾਂਸਜੈਂਡਰ ਨੂੰ ਅਲੱਗ ਵਾਰਡ ਇਨ ਪ੍ਰਿਜ਼ਨਸ, ਪੁਲਿਸ ਸਟੇਸ਼ਨਸ ਵੀ ਅਲੱਗ ਵਾਰਡ ਅਤੇ ਵਾਸ਼ਰੂਮਸ, ਅਤੇ ਮੈਂ ਇੱਕ ਹੋਰ ਮੰਗ ਕੀਤੀ ਹੈ ਕਿ ਈਵਨ ਇਹ ਐਕਟ 'ਚ ਹੈਗਾ ਉਹਨਾਂ ਦੇ ਟਰਾਂਸਜੈਂਡਰ ਐਕਟ 'ਚ ਅਤੇ ਰੂਲਸ 'ਚ ਵੀ ਕਿ ਹਰੇਕ ਡਿਸਟ੍ਰਿਕਟਸ 'ਚ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਅੰਡਰ ਡੀ ਜੀ ਪੀ, ਅਤੇ ਉਹਦੀ ਜੇ ਕੋਈ ਉਹਨਾਂ ਨਾਲ ਹਰਾਸਮੈਂਟ ਹੁੰਦੀ ਹੈ ਜਾਂ ਕੋਈ ਵੀ ਉਹਨਾਂ ਨਾਲ ਹੋਰ ਤਰੀਕੇ ਦਾ ਭੇਦਭਾਵ ਹੁੰਦਾ ਤਾਂ ਉੱਥੇ ਜਾ ਕੇ ਦੇ ਕੇ ਰਿਪੋਰਟ, ਅਤੇ ਫਿਰ ਅੱਗੇ ਪ੍ਰੋਟੈਕਸ਼ਨ ਸੈੱਲ ਲਈ ਮੰਗ ਕੀਤੀ ਹੈ ਹਰ ਇੱਕ ਡਿਸਟ੍ਰਿਕਟ। ਤਾਂ ਬਿਲਕੁਲ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਟਰਾਂਸਜੈਂਡਰਾਂ ਦੇ ਨਾਲ ਵੀ ਲਗਾਤਾਰ ਜੇਲ੍ਹਾਂ ਦੇ ਵਿੱਚ ਹਰਾਸਮੈਂਟਾਂ ਹੁੰਦੀਆਂ ਨੇ, ਪਰ ਉਹ ਸੈਕਸ਼ੁਅਲੀ ਹਰਾਸਮੈਂਟ ਨੂੰ ਕਦੇ ਵੀ ਸਾਹਮਣੇ ਨਹੀਂ ਲਿਆਂਦਾ ਜਾਂਦਾ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੁੰਦੇ ਨੇ, ਉਹਨਾਂ ਕੋਲ ਰਿਪੋਰਟ ਕਰਨ ਨੂੰ ਕੋਈ ਚੀਜ਼ ਨਹੀਂ ਰਹਿੰਦੀ, ਕੋਈ ਜਗ੍ਹਾ ਨਹੀਂ ਰਹਿੰਦੀ, ਪਰ ਹੁਣ ਇਹ ਮਾਮਲਾ ਹਾਈਕੋਰਟ ਤੱਕ ਪਹੁੰਚ ਚੁੱਕਿਆ ਹੈ, ਤਾਂ ਹਾਈਕੋਰਟ ਦੇ ਵੀ ਦੇਖਣਾ ਹੋਵੇਗਾ ਕਿ ਕੀ ਹਾਈਕੋਰਟ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫੈਸਲਾ ਲਾਉਂਦੀ ਹੈ, ਕਿ ਉਹਨਾਂ ਨੂੰ ਵੀ ਆਪਣਾ ਹੱਕ ਮਿਲੇਗਾ ਜਾਂ ਫਿਰ ਇਸੇ ਤਰ੍ਹਾਂ ਚੱਲਦਾ ਰਹੇਗਾ। ਕਿਉਂਕਿ ਇੱਕ ਪਾਸੇ ਜੇ ਅਸੀਂ ਦੇਸ਼ 'ਚ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਅਜਿਹੇ ਮਾਮਲੇ ਆਉਂਦੇ ਨੇ ਜਿੱਥੇ ਕਿ ਟਰਾਂਸਜੈਂਡਰ ਕੀ ਲੜਕੀਆਂ ਦੇ ਨਾਲ ਵੀ ਬਹੁਤ ਹਰਾਸਮੈਂਟ ਹੁੰਦੀ ਹੈ, ਪਰ ਹੁਣ ਜਿਹੜਾ ਮਾਮਲਾ ਆਇਆ ਹੈ ਉਹ ਜੇਲ੍ਹਾਂ ਤੋਂ ਸਾਹਮਣੇ ਆਇਆ ਹੈ। ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।